ਫਾਜ਼ਿਲਕਾ ਦੇ ਪਿੰਡ ਰਾਮਪੁਰਾ ਦੇ ਵਿੱਚ ਮੁਸਲਿਮ ਸਮੁਦਾਇ ਵੱਲੋਂ ਖਵਾਜਾ ਨੂਰ ਮੁਹੰਮਦ ਦੀ ਯਾਦ ਦੇ ਵਿੱਚ ਆਯੋਜਿਤ ਕੀਤਾ ਗਿਆ ਧਾਰਮਿਕ ਸਮਾਗਮ। ਵੱਡੀ ਗਿਣਤੀ ਦੇ ਵਿੱਚ ਪਹੁੰਚੇ ਲੋਕ। ਫਾਜ਼ਿਲਕਾ ਦੇ ਪਿੰਡ ਰਾਮਪੁਰਾ ਦੇ ਵਿੱਚ ਰਹਿਣ ਵਾਲੇ ਮੁਸਲਿਮ ਸਮੁਦਾਇ ਦੇ ਲੋਕਾਂ ਵੱਲੋਂ ਅੱਜ ਖਵਾਜਾ ਨੂਰ ਮੁਹੰਮਦ ਦੇ ਜਨਮ ਦਿਨ ਦੇ ਮੌਕੇ ਤੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਉਪਸਥਿਤ ਹੋਏ ਅਤੇ ਇੱਥੇ ਸਤਸੰਗ ਪ੍ਰਵਚਨ ਦਾ ਕਾਰਜਕ੍ਰਮ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸਮੁਦਾਇ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਖਵਾਜਾ ਨੂਰ ਮੁਹੰਮਦ ਦੇ ਜਨਮ ਦਿਨ ਦੇ ਮੌਕੇ ਤੇ ਇਹ ਕਾਰਜਕ੍ਰਮ ਆਯੋਜਿਤ ਕੀਤਾ ਜਾ ਰਿਹਾ। ਉਹਨਾਂ ਨੇ ਦੱਸਿਆ ਕਿ ਇਹ ਕਾਰਜਕ੍ਰਮ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ, ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚਦੇ ਹਨ ਅਤੇ ਇੱਥੇ ਪ੍ਰਸਾਦ ਅਤੇ ਭੰਡਾਰਾ ਵਿਤਰਿਤ ਕੀਤਾ ਜਾਂਦਾ ਹੈ। ਹਾਂਜੀ, ਕੀ ਨਾਮ ਹੈ ਜੀ ਆਪਣਾ? ਅਤੇ ਕਿਸ ਚੀਜ਼ ਦਾ ਅੱਜ ਤੁਹਾਡਾ ਜਿਹੜਾ ਪ੍ਰੋਗਰਾਮ ਕੀਤਾ ਹੋਇਆ? ਅਤੇ ਚਿਸ਼ਤੀ ਖਾਨਦਾਨ ਦੇ ਜਿਹੜੇ ਬਜ਼ੁਰਗ ਸੀ ਖਾਜਾ ਨੂਰ ਮੁਹੰਮਦ ਮਾਗੀ ਰਹਿਮਤੁੱਲਾ ਅਲੇ, ਉਹਨਾਂ ਦਾ ਅੱਜ ਉਸ ਯਾਨੀ ਦਿਨ ਮਨਾਇਆ ਗਿਆ। ਇਸ ਪੂਰੀ ਸੰਗਤ ਇਕੱਠੀ ਹੁੰਦੀ ਹੈ ਅਤੇ ਆ ਕੇ ਲੋਕ ਇਸ ਵਿੱਚ ਸਿੱਖਦੇ ਹੈ, ਉਹਨਾਂ ਦੀ ਜਿਹੜੀਆਂ ਮੰਨਤਾਂ ਤੋਂ ਆ ਕੇ ਪੂਰੀਆਂ ਕਰਦੇ, ਦੁਆ ਕਰਦੇ, ਇਸ ਕਿਤਾਬ ਦਾ ਫੈਜ਼ ਹਾਸਿਲ ਕਰਦੇ। ਅਤੇ ਕਿੰਨੀ ਗਿਣਤੀ 'ਚ ਨੇ ਜਿਹੜੇ ਜਿਹੜੇ ਇੱਥੇ ਲੋਕ ਜਿਹੜੇ ਨੇ ਪਹੁੰਚੇ ਨੇ? ਆਸੇ ਪਾਸੇ ਬਸਤੀ 4-5 ਬਸਤੀਆਂ, ਉਹਨਾਂ ਦੇ ਲੋਕ ਆ ਕੇ ਪਹੁੰਚਦੇ ਆ, ਇਹਦੇ ਵਿੱਚ ਸ਼ਾਮਿਲ ਹੁੰਦੇ ਆ। ਕਈ ਪਿਛਲੇ ਕਈ ਸਾਲਾਂ ਤੋਂ ਇਹ ਉਤਸਵ ਮਨਾਇਆ ਜਾ ਰਿਹਾ, ਇਹਨਾਂ ਨੂੰ ਪੂਰੀ ਸੰਗਤ ਇਕੱਠੀ। ਅਤੇ ਹੋਰ ਕੀ ਪ੍ਰੋਗਰਾਮ ਕੀਤਾ ਗਿਆ ਜਿਹੜਾ ਤੁਹਾਡੇ ਪ੍ਰੋਗਰਾਮ ਇਸ ਜਿਹੜੇ ਜਨਮ ਦਿਨ ਤੋਂ ਇਲਾਵਾ? ਇਸ ਤੋਂ ਇਲਾਵਾ ਵੀ ਸੰਗਤ ਖਾਤਰ ਜੋ ਵੀ ਲੰਗਰ ਲਾਇਆ ਗਿਆ, ਨਜ਼ਰ ਨਿਆਸ ਕੀਤੀ ਜਾਂਦੀ ਹੈ, ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਇਸ ਪ੍ਰੋਗਰਾਮ। ਤੁਸੀਂ ਕੀ ਲੋਕਾਂ ਨੂੰ ਸੰਦੇਸ਼ ਦੇਣਾ ਚਾਹੋਗੇ ਜਿਹੜੇ ਇਸ ਮੌਕੇ ਦੇ ਪ੍ਰੋਗਰਾਮ ਨਹੀਂ ਪਹੁੰਚੇ ਨੇ? ਸਾਡੇ ਲੋਕਾਂ ਦਾ ਸਾਨੂੰ ਵੱਡਾ ਸੰਦੇਸ਼ ਇਹੀ ਹੈ ਕਿ ਤਾਲੀਮ ਹਾਸਿਲ ਕਰੋ, ਕਿਉਂਕਿ ਬਗੈਰ ਤਾਲੀਮ ਅਤੇ ਸ਼ਿਕਸ਼ਾ ਦੇ ਇਨਸਾਨ ਅਧੂਰਾ ਹੈ, ਉਹਦੇ ਖਾਤਰ ਜ਼ਿੰਦਗੀ ਅਧੂਰੀ ਹੈ, ਉਹਨਾਂ ਲਈ ਜ਼ਿੰਦਗੀ ਵੀ ਇੱਕ ਅਧੂਰੀ ਵਾਂਗੂ ਹੈ। ਔਰ ਲੋਕਾਂ ਨੂੰ ਅਸੀਂ ਇਹੀ ਸੂਚਿਤ ਕਰਦੇ ਹਾਂ ਕਿ ਸਾਰੇ ਆਪਣੇ ਮੁਲਕ ਵਿੱਚ ਮਿਲ ਜੁਲ ਕੇ ਰਹਿਣ, ਸੰਗਤ ਪੂਰੀ ਆਪਸ 'ਚ ਭਾਈਚਾਰਗੀ ਨਾਲ ਰਹਿਣ। ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਦੂਰੋਂ ਚੱਲ ਕੇ ਆਏ ਨੇ? ਜਿਹੜੇ ਵੀ ਦੂਰੋਂ ਚੰਦ ਆਏ ਉਹਨਾਂ ਨੂੰ ਭਾਈਚਾਰਗੀ ਦਾ ਸੰਦੇਸ਼ ਦਿੰਦੇ ਹਾਂ ਕਿ ਤੁਹਾਡਾ ਬੜਾ ਸ਼ੁਕਰੀਆ ਹੈ ਕਿ ਤੁਸੀਂ ਸਾਡੇ ਇੱਕ ਆਵਾਜ਼ ਦਿੱਤੀ ਅਤੇ ਇਕੱਠੇ ਹੋਏ। ਔਰ ਅਸੀਂ ਇਹੀ ਕਹਿਣਾ ਚਾਹਾਂਗੇ ਹਰ ਸਾਲ ਦੀ ਤਰ੍ਹਾਂ ਹਰ ਵਾਰ ਜਦੋਂ ਵੀ ਇੱਥੇ ਪ੍ਰੋਗਰਾਮ ਹੋਣ, ਤੁਸੀਂ ਆਓ ਔਰ ਆਕਰ ਮੇਲ ਜੋਲ ਔਰ ਮੁਹੱਬਤ ਨੂੰ ਬੜਾਵਾ ਦੇ ਦਿਓ।